ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। 9 ਅਗਸਤ ਨੂੰ ਜੰਤਰ ਮੰਦਰ ਦਿੱਲੀ ਵਿਖੇ ਕੁਝ ਵਿਅਕਤੀਆਂ ਵੱਲੋਂ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਜਲਾਉਣ ਨੂੰ ਲੈ ਕੇ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਫਗਵਾੜਾ ਵੱਲੋਂ ਫਗਵਾੜਾ ਦੇ SP ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਜਿਹੜੇ ਸ਼ਰਾਰਤੀ ਅਨਸਰਾਂ ਨੇ ਮਨੁਵਾਦੀ ਸੋਚ ਨੂੰ ਲੈ ਕੇ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਕਮੇਟੀ ਦੇ ਆਗੂਆਂ ਵੱਲੋਂ ਜਿੱਥੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ, ਉੱਥੇ ਹੀ ਕਿਹਾ ਕਿ ਭਾਰਤੀ ਸੰਵਿਧਾਨ ਤੋਂ ਤਕਲੀਫ ਹੈ ਤਾਂ ਉਹ ਦੇਸ਼ ਨੂੰ ਛੱਡ ਕੇ ਜਾ ਸਕਦੇ ਹਨ। ਸਾਰਿਆਂ ਨੂੰ ਜੈ ਵਾਲਮੀਕਿ, ਜੈ ਰਵਿਦਾਸ, ਜੈ ਭੀਮ, ਜੈ ਕਬੀਰ, ਜੈ ਭਾਰਤ। ਅੱਜ ਦੀ ਇਹ ਸਾਡੀ ਰੋਸ ਮਾਰਚ, ਜਿਹਨਾਂ ਨੇ ਸ਼ਰਾਰਤੀ ਅਨਸਰਾਂ ਨੇ ਦਿੱਲੀ ਵਿੱਚ ਸੰਵਿਧਾਨ ਦਾ ਬਹੁਤ ਵੱਡਾ ਅਪਮਾਨ ਕੀਤਾ, ਉਸਦੇ ਪੰਨੇ ਸਾੜੇ ਗਏ, ਉਹਦੇ ਸੰਬੰਧ 'ਚ ਇੱਕ ਰੋਸ ਮਾਰਚ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਵੱਲੋਂ ਅਤੇ ਪੂਰੇ ਦਲਿਤ ਸਮਾਜ ਵੱਲੋਂ ਕੀਤਾ ਗਿਆ। ਇਸ ਰੈਲੀ ਵਿੱਚ ਮੁਸਲਮਾਨ ਭਾਈਚਾਰਾ, ਸਿੱਖ ਭਾਈਚਾਰਾ, ਰਵਿਦਾਸ ਭਾਈਚਾਰਾ, ਗੁਜਰ ਭਾਈਚਾਰਾ, ਇਹ ਸਾਰਿਆਂ ਨੇ ਸਾਡਾ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਦਾ ਸਾਥ ਦਿੱਤਾ ਸੀ। ਉਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਦੀ ਨਾਲ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ, ਮੈਂ ਜਨਰਲ ਸਮਾਨ ਦੀ ਗੱਲ ਕਰਨਾ ਚਾਹੁੰਦਾ। ਜਨਰਲ ਸਮਾਨ ਨੂੰ ਅਗਰ ਸਾਡੇ ਸੰਵਿਧਾਨ ਦੀ ਤਕਲੀਫ ਆ, ਉਹਨਾਂ ਨੇ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ, ਕਿਉਂਕਿ ਜਿਹੜਾ ਸੰਵਿਧਾਨ ਤਾਂ ਸਾਰਿਆਂ ਦਾ। ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਲੋਕ, ਉਹਨਾਂ ਨੂੰ ਇਸ ਦੇਸ਼ 'ਚ ਰਹਿਣ ਦਾ ਵੀ ਅਧਿਕਾਰ ਹੈ ਨਹੀਂ, ਕਿਉਂਕਿ ਦੇਸ਼ ਦਰੋਹੀ ਬੰਦੇ ਆ ਇਹ, ਜਿਹਨੇ ਸੰਵਿਧਾਨ ਨੂੰ ਪੜ੍ਹਿਆ ਨਹੀਂ, ਸੰਵਿਧਾਨ ਨੂੰ ਜਾਣਿਆ ਨਹੀਂ। ਅੱਜ ਕੱਲ੍ਹ ਜਿਹੜੀਆਂ ਨੌਕਰੀਆਂ ਸੰਵਿਧਾਨ ਦੇ ਅਧੀਨ ਮਿਲ ਰਹੀਆਂ, ਇਹ ਸਾਰੀ ਦੇਣ ਜਨਰਲ ਸਮਾਜ ਨੂੰ ਸੰਵਿਧਾਨ ਦੀ ਦੇਣ ਹੈ, ਨਾ ਕਿ ਕਿਸੇ ਨੇ ਆਪਣੇ ਘਰੋਂ ਬਣਾ ਕੇ ਨੌਕਰੀ ਲਈ ਆ। ਅਗਰ ਜੇ ਕਿਸੇ ਨੇ ਪੁਲਿਸ ਕਰਮਚਾਰੀ ਜਾਂ ਕੋਈ ਹੋਰ ਕੋਈ ਕਰਮਚਾਰੀ ਜਾਂ ਕੋਈ ਹੋਰ ਕਰਮਚਾਰੀ ਕੰਮ ਕਰਦਾ ਕੋਈ, ਉਹ ਸਾਰੀਆਂ ਨੌਕਰੀਆਂ ਜਿਹੜੀਆਂ ਸੰਵਿਧਾਨ ਦੇ ਅੰਡਰ ਹੀ ਮਿਲੀਆਂ ਪਈਆਂ, ਆਪਣੇ ਜਿਹੜੇ ਅਧਿਕਾਰ ਆ ਸੰਵਿਧਾਨ ਨੂੰ ਸੰਵਿਧਾਨ ਦੇ ਰਾਹੀਂ ਮਿਲੇ ਪਏ ਆ, ਨਾ ਕਿ ਕਿਸੇ ਨੇ ਕੋਈ ਆਪਣੇ ਪਰਸਨਲੀ ਅਧਿਕਾਰ ਲਏ ਹੋਏ ਆ। ਸਭ ਤੋਂ ਪਹਿਲੇ ਮੈਂ ਭਾਰਤ ਸਰਕਾਰ, ਕੇਂਦਰ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹਨਾਂ ਨੇ ST ਐਕਟ ਨੂੰ ਡਾਇਲੂਟ ਕੀਤਾ ਸੀ ਹੈ, ਅਤੇ ਉਹਨੂੰ ਕਹਿੰਦੇ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਸੋ ਇਸ ਕਰਕੇ ਮੈਂ ਬੜੇ ਸਤਿਕਾਰਯੋਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ST ਐਕਟ ਦੇ ਤਹਿਤ ਅੱਜ ਤਿੱਕਰ ਦੇਸ਼ ਦੇ ਅੰਦਰ ਇਹ ਸਾਰਾ ਕੁਛ ਉਹਦੇ ਤਹਿਤ ਇਹ ਚੱਲ ਰਿਹਾ ਹੈਗਾ, ਮਦਭਾਗੀ ਕੰਮ। ਲੋਕਤੰਤਰ ਦਿੱਲੀ ਦੇ ਵਿੱਚ ਲੋਕਤੰਤਰ ਦੇ ਤਹਿਤ, ਸੰਵਿਧਾਨ ਦੇ ਤਹਿਤ ਲੋਕਤੰਤਰ ਚੱਲਦਾ, ਜੰਤਰ ਮੰਤਰ 'ਤੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਜੋ ਹੋ ਰਿਹਾ, ਇਹ ਮਨੁਵਾਦੀ ਸੋਚ ਦੇ ਅਨੁਸਾਰ ਇਹ ਕੰਮ ਗਲਤ ਹੋ ਰਿਹਾ। ਇਹ ਦੇਸ਼ ਨੂੰ ਜਾਤੀਵਾਦ ਦੇ ਨਾਲ ਵੰਡ ਕੇ ਇਹ ਦੇਸ਼ ਦੀ ਸੱਤਾ 'ਚ ਫਿਰ ਦੁਬਾਰਾ ਆਉਣਾ ਚਾਹੁੰਦੇ ਆ, ਅਤੇ ਸੋ ਇਸ ਕਰਕੇ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਰਾਜਨੀਤੀ ਹੈ, ਜਾਤ ਪਾਤ ਦੀ ਰਾਜਨੀਤੀ ਆ, ਇਹਨੂੰ ਬੰਦ ਕਰਨਾ ਚਾਹੀਦਾ। ਇੱਕ ਪਿੱਛੇ ਜੇ ਤੁਹਾਡੇ ਸਾਹਮਣੇ ਇੱਕ ਗੱਲ ਹੋਈ ਆ, ਭਾਜਪਾ ਦੇ ਵਿਧਾਇਕ ਵੱਲੋਂ ਜੈਪੁਰ ਦੇ ਵਿੱਚ ਗਿਆਨ ਦੇਵ ਜੀ ਪੂਜਾ ਨੇ ਇਹ ਗੱਲ ਕਹੀ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਕਿ ਜਵਾਹਰ ਲਾਲ ਨਹਿਰੂ ਸਨ, ਉਹ ਪੰਡਿਤ ਨਹੀਂ ਸੀ, ਉਹ ਪੰਡਿਤ ਨਹੀਂ ਆ, ਉਹ ਬੀਫ ਖਾਂਦੇ ਆ, ਜਾਣੀ ਕਿ ਗਊ ਦਾ ਮਾਸ ਖਾਂਦੇ ਆ, ਸੂਰ ਦਾ ਮਾਸ ਖਾਂਦੇ ਆ। ਮੈਂ ਇਹ ਗੱਲ ਸਮਝਣਾ ਚਾਹੁੰਦਾ ਹਾਂ ਕਿ ਇਹਦੇ ਬਾਰੇ ਦੱਸਿਆ ਜਾਵੇ ਕਿ ਅੱਜ ਖੁਰਾਕ 'ਤੇ ਨਿਰਭਰ ਹੈ, ਖੁਰਾਕ ਦੇ ਨਾਲ ਜਾਤ ਪਾਤ ਬਣੇਗੀ, ਕਿ ਇਹਨਾਂ ਦੇ ਡੋਪ ਟੈਸਟ ਕਰਵਾਏ ਜਾਣ ਜਾਂ ਮੈਡੀਕਲ ਇਹਨਾਂ ਦਾ ਟੈਸਟ ਕਰਾ ਕੇ ਜਾਤਾਂ ਬਣਾਈਆਂ ਜਾਣਗੀਆਂ, ਜਾਂ BJP ਨਵੇਂ ਤਰੀਕੇ ਨਾਲ ਕੋਈ ਜਾਤ ਪਾਤ ਲਿਆਉਣਾ ਚਾਹੁੰਦੀ ਹੈ। ਅਤੇ ਸੋ ਇਸ ਕਰਕੇ ਮੈਂ ਦੇਸ਼ ਦੀ ਜਨਤਾ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਾਤ ਪਾਤ ਵੀ ਖੁਰਾਕ ਦੇ ਨਾਲ ਅਟੈਚ ਕਰੀ ਜਾ ਰਹੇ ਆ। BJP ਦੀ 2014 ਦੀ ਸਰਕਾਰ ਤੋਂ ਚੱਲਿਆ ਹੋਇਆ, ਅੱਜ ਤੱਕ ਕਈਆਂ ਮੁਸ਼ਕਲਾਂ ਦਾ ਦੇਸ਼ ਦੀ ਜਨਤਾ ਨੂੰ ਸਾਹਮਣਾ ਕਰਨਾ ਪਿਆ। ਬਿਊਰੋ ਰਿਪੋਰਟ, ਸਾਂਝ ਟੀਵੀ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।